ਉੱਥੇ ਐਸਡੀਐਮ ਆਫਿਸ ਦੇ ਉੱਪਰ ਤੇ ਸੀਲ ਆਫਿਸ ਦਾ ਇੱਕ ਮੀਟਿੰਗ ਹਾਲ ਬਣਿਆ ਹੋਇਆ ਉੱਥੇ ਵਾਇਰਿੰਗ ਦੇ ਹੀ ਕੁਛ ਮੇਨ ਜੋ ਵਿਜ਼ੀਬਲ ਹੈਗਾ ਵਾਇਰਿੰਗ ਨੂੰ ਹੀ ਦੇਖ ਕੇ ਲੱਗਦਾ ਕਿ ਕੁਛ ਸਪਾਰਕ ਹੋਇਆ ਹੋਏਗਾ ਵਧੀਆ ਗੱਲ ਇਹ ਰਹੀ ਕਿ ਮੌਕੇ ਤੇ ਇਨਫੋਰਮੇਸ਼ਨ ਮਿਲਦੀ ਰਹੀ ਸਾਰੇ ਸਟੇਕ ਹੋਲਡਰਸ ਨੂੰ ਤੇ ਫਾਇਰ ਟੈਂਡਰ ਇਮੀਡੀਏਟਲੀ ਪਹੁੰਚ ਗਿਆ ਤਸਵੀਰਾਂ ਖੰਨਾ ਦੇ ਐਸਡੀਐਮ ਦਫ਼ਤਰ ਦੀਆਂ ਨੇ ਜਿੱਥੇ ਤੜਕਸਾਰ ਦਫ਼ਤਰ ਦੇ ਮੀਟਿੰਗ ਹਾਲ 'ਚ ਅੱਗ ਲੱਗ ਗਈ ਜਿਸ ਲਈ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ ਤੇ ਸਮਾਰੋਹ ਦੇ ਐਕਟ ਤੇ ਕਾਬੂ ਪਾ ਲਿਆ ਗਿਆ ਅੱਗ ਦੀ ਸੂਚਨਾ ਮਿਲਦੇ ਸਾਰੀ ਐਸਡੀਐਮ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਸਣੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਮਨਜੀਤ ਕੌਰ ਨੇ ਦੱਸਿਆ ਕਿ ਦਫ਼ਤਰ ਦੇ ਮੀਟਿੰਗ ਹਾਲ 'ਚ ਅੱਗ ਲੱਗੀ ਹੈ ਜਿਸ 'ਚ ਸਰਕਾਰੀ ਰਿਕਾਰਡ ਤਾਂ ਕੁਝ ਨਹੀਂ ਸੀ ਪਰ ਕੁਰਸੀਆਂ ਟੇਬਲ ਤੇ ਹੋਰ ਸਮਾਨ ਪਿਆ ਸੀ ਉਹਨਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਤਾਂ ਨਹੀਂ ਪਤਾ ਲੱਗ ਸਕਿਆ ਪਰ ਕਿਹਾ ਸੀ ਕਿ ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗੀ ਹੋ ਸਕਦੀ ਹੈ ਉਹਨਾਂ ਕਿਹਾ ਕਿ ਇਸ ਅੱਗ ਦੇ ਨਾਲ ਨੁਕਸਾਨ ਦਾ ਹਾਲੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਮੈਂ ਕੀ ਕਾਰਨ ਕੀ ਸੀ ਅੱਗ ਲੱਗ ਗਈ ਜਿਹੜੀ ਅੱਜ ਦੇਖੋ ਕਾਰਨ ਤਾਂ ਨਹੀਂ ਅਜੇ ਇਨਵੈਸਟੀਗੇਟ ਹੋ ਸਕਿਆ ਬਟ ਜਦੋਂ ਹੀ ਸਾਨੂੰ ਪਤਾ ਲੱਗਿਆ ਇੱਥੇ ਐਸਡੀਐਮ ਆਫਿਸ ਦੇ ਉੱਪਰ ਤੇ ਸੀਲ ਆਫਿਸ ਦਾ ਇੱਕ ਮੀਟਿੰਗ ਹਾਲ ਬਣਿਆ ਹੋਇਆ ਉੱਥੇ ਵਾਇਰਿੰਗ ਦੇ ਹੀ ਕੁਛ ਮੇਨ ਜੋ ਵਿਜ਼ੀਬਲ ਹੈਗਾ ਵਾਇਰਿੰਗ ਨੂੰ ਹੀ ਦੇਖ ਕੇ ਲੱਗਦਾ ਕਿ ਕੁਛ ਸਪਾਰਕ ਹੋਇਆ ਹੋਏਗਾ ਅਤੇ ਉਹ ਪੀ ਵੀ ਸੀ ਵਰਕ ਹੋਣ ਕਰਕੇ ਉਹ ਇੱਕਦਮ ਅੱਗ ਉਸ ਰੂਮ 'ਚ ਫੈਲ ਗਈ ਅਤੇ ਪਰ ਉੱਥੇ ਹੀ ਕੰਟਰੋਲ ਕਰ ਲਿਆ ਗਿਆ ਵਧੀਆ ਗੱਲ ਇਹ ਰਹੀ ਕਿ ਮੌਕੇ 'ਤੇ ਇਨਫੋਰਮੇਸ਼ਨ ਮਿਲਦੀ ਰਹੀ ਸਾਰੇ ਸਟੇਕ ਹੋਲਡਰਸ ਨੂੰ ਅਤੇ ਫਾਇਰ ਟੈਂਡਰ ਇਮੀਡੀਏਟਲੀ ਪਹੁੰਚ ਗਿਆ ਵਿਦਇਨ 4-5 ਮਿੰਟ ਫਾਇਰ ਟੈਂਡਰ ਪਹੁੰਚ ਗਿਆ ਸੀ ਸਾਡੇ ਕੋਲ ਅਤੇ ਅੱਗ 'ਤੇ ਕੰਟਰੋਲ ਹੋ ਗਿਆ ਇੱਕੋ ਰੂਮ ਦੇ ਵਿੱਚ ਹੀ ਨੁਕਸਾਨ ਹੋਇਆ ਜਿਹੜਾ ਹੋਇਆ ਬਾਕੀ ਜਿਹੜਾ ਬਿਜਲੀ ਦੀਆਂ ਹੁਣ ਤਾਰਾਂ ਤੂਰਾਂ ਇਸ ਵੇਲੇ ਮੈਲਟਿੰਗ 'ਤੇ ਨੇ ਕੁਛ ਉਹਦਾ ਪ੍ਰੋਸੈਸ ਥੋੜ੍ਹਾ ਚੱਲ ਰਿਹਾ ਉਹ ਮੈਂ ਡਿਪਾਰਟਮੈਂਟ ਬੁਲਾ ਰਹੇ ਉਹ ਆਪਣਾ ਵਰਕ ਕਰ ਰਹੇ ਕਿੰਨਾ ਕੁ ਨੁਕਸਾਨ ਹੋਣ ਦਾ ਅਨੁਮਾਨ ਮੈਂ ਨਹੀਂ ਅਸੈਸ ਨਹੀਂ ਕੀਤਾ ਜਾ ਸਕਦਾ ਇੱਕ ਰੂਮ ਹੈ ਉਹਦੇ ਵਿੱਚ ਜਿਹੜਾ ਮੀਟਿੰਗ ਹਾਲ ਹੈ ਉਹ ਡੈਮੇਜ ਹੋਇਆ ਕਿੰਨੇ ਕੁ ਵਜੇ ਲੱਗੀ ਸੀ ਅੱਗ ਜਿਹੜੀ ਹੈ ਤੁਹਾਨੂੰ ਅਰਾਊਂਡ 5:30-5 ਦੇ ਕਰੀਬ ਮੌਕੇ 'ਤੇ ਫਿਰ ਫਾਇਰ ਬ੍ਰਿਗੇਡ ਪਹੁੰਚੀ ਹਾਂਜੀ ਮੌਕੇ 'ਤੇ ਫਾਇਰ ਬ੍ਰਿਗੇਡ ਪਹੁੰਚੀ ਇੱਥੇ ਜੁਡੀਸ਼ੀਅਲ ਦੇ ਵਿੱਚ ਇੱਕ ਹਵਲਦਾਰ ਨੇ ਹਰਵਿੰਦਰ ਸਿੰਘ ਇਹਨਾਂ ਨੇ ਜਦੋਂ ਸ਼ੀਸ਼ਿਆਂ ਦੀ ਆਵਾਜ਼ ਦੇਖੀ ਬਿਲਕੁਲ ਨਾਲ ਹੀ ਡਿਊਟੀ 'ਤੇ ਖੜ੍ਹੇ ਸੀਗੇ ਅਤੇ ਇਹਨਾਂ ਨੇ ਕੰਟਰੋਲ ਰੂਮ ਨੂੰ ਫੋਨ ਕੀਤਾ ਕੰਟਰੋਲ ਰੂਮ ਤੋਂ ਫਾਇਰ ਟੈਂਡਰ ਨੂੰ ਨਾਲ ਹੀ ਕਾਲ ਕਰ ਲਿਆ ਗਿਆ ਕਿਉਂਕਿ ਵਾਕਿੰਗ ਡਿਸਟੈਂਸ 'ਤੇ ਹੀ ਹੈਗਾ ਫਾਇਰ ਟੈਂਡਰ ਫਾਇਰ ਦਾ ਆਫਿਸ ਅਤੇ ਇਸ ਕਰਕੇ ਸਾਨੂੰ ਇਹ ਸਹੂਲਤ ਮਿਲ ਗਈ ਕਿ ਛੇਤੀ ਕੰਟਰੋਲ ਕਰ ਲਿਆ ਗਿਆ ਮੈਂ ਕਿਹੜਾ ਰਿਕਾਰਡ ਪਿਆ ਹੁੰਦਾ ਸੀ ਉਹ ਰੂਮ 'ਚ ਉਸ ਰੂਮ 'ਚ ਕੋਈ ਰਿਕਾਰਡ ਨਹੀਂ ਸੀ ਮੀਟਿੰਗ ਹਾਲ ਸੀ ਮੀਟਿੰਗ ਦੀਆਂ ਚੇਅਰਸ ਤੇ ਮੀਟਿੰਗ ਦਾ ਜਿਹੜਾ ਟੇਬਲ ਬਣਿਆ ਹੁੰਦਾ ਕਾਬਲੇ ਗੌਰ ਹੈ ਕਿ ਐਸਡੀਐਮ ਦਫ਼ਤਰ 'ਚ ਸਵੇਰੇ ਤੜਕਸਾਰ ਇਹ ਅੱਗ ਲੱਗੀ ਹੈ ਇਸ 'ਚ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ ਪਰ ਅੱਗ ਕਿਸ ਤਰ੍ਹਾਂ ਲੱਗੀ ਹੈ ਇਹ ਜਾਂਚ ਦਾ ਵਿਸ਼ਾ ਹੈ ਕਿਉਂਕਿ ਇਸ ਦੇ ਨਾਲ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਜਾਂ ਫਿਰ ਸਰਕਾਰੀ ਰਿਕਾਰਡ ਵੀ ਨੁਕਸਾਨਿਆ ਜਾ ਸਕਦਾ ਸੀ ਖੰਨਾ ਤੋਂ ਕੁਲਵਿੰਦਰ ਸਿੰਘ ਢਿੱਲੋਂ ਪੰਜਾਬੀ ਲੋਕ ਚੈਨਲ